दूसरा ये है जी, देखो घर कला नचन टपन का प्रोग्राम नहीं हुंदा, इहदे विच जो भी है लेडीज आउंदी आ आपदे दुख सुख सब बिल्कुल भर के बाहर आउंदे आ, उहनां दे कोई बोलियां राही कोई किवें कोई मिलदे आ इक दूजे नूं, जिवें कह दिंदे वी मापे तां रोज मिलदे आ, सहेलियां बहुत औखियां मिलदियां। हर साल इस तरह ही प्रोग्राम मनाईए, ते बाकी जो भी प्रोग्राम उलीकदे बहुत खूब भी नवाउंदे आ,
ਸੱਚੇ ਢੰਗ ਨਾਲ ਪੂਰਾ ਕਰਦੇ ਆ ਪੂਰਾ ਪਿੰਡ ਇਕੱਠਾ ਹੋਇਆ ਹਰ ਇੱਕ ਦੀ ਮਤਲਬ ਚਿਹਰੇ ਤੇ ਖੁਸ਼ੀ ਆ ਕਿਵੇਂ ਲੱਗ ਰਹੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਹੈਗਾ ਬਾਕੀ ਸਾਰੇ ਇੰਨੇ ਚਿਹਰੇ ਇਕੱਠੇ ਹੋਏ ਹੈਗੇ ਤੇ ਸਾਰੇ ਖੁਸ਼ ਹੈਗੇ ਬਾਕੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਸਾਰੇ ਇੱਥੇ ਆਏ ਆ ਅਸੀਂ ਪੰਜਾਬੀ ਕਲਚਰ ਨਾਲ ਸਾਰਿਆਂ ਨੂੰ ਮਤਲਬ ਜੋੜ ਕੇ ਰੱਖਣਾ ਚਾਹੁੰਦੇ ਹੈਗੇ ਹਾਂਜੀ ਵੀ ਸਾਡੀਆਂ ਬੇਟੀਆਂ ਦੂਰ ਹੁੰਦੀਆਂ ਜਾ ਰਹੀਆਂ ਬਿਲਕੁਲ ਜੀ ਅਸੀਂ ਉਹਨਾਂ ਨੂੰ ਮਤਲਬ ਵੀ ਨਾਲ ਜੋੜ ਕੇ ਰੱਖੀਏ ਪੰਜਾਬੀ ਕਲਚਰ ਦੇ ਠੀਕ ਹਾਂਜੀ ਹਾਂਜੀ ਵਧੀਆ ਲੱਗਿਆ ਫਿਰ ਅੱਜ ਹੋਣਾ ਚਾਹੀਦਾ ਹੋਣਾ ਚਾਹੀਦਾ अपने जीवन किन्ने साल पहला मैंने परमात्मा जे मेरे बेटे है ना मालिक सब पूरा पिंड इकट्ठा होया बहुत बहुत धन्यवाद मीर ने जी ने कैमरा साडे ते लाया बोलियां पाया गिद्धा पाया सारे जिन्ना का पूरा सहयोग इस प्रोग्राम बहुत लख लख सोनू बधाईयां पर मैं यही चाहूंगी सच्चे पातशाह नो सस का गुस्सा ठंडा हुंदा रहे बिल्कुल जी चिट्टे चौलां दियां चिट्टियां वे पिन्नियां चाह में बैठ के खावांगे अगले साल तियां तक लावांगे अगले साल बिल्कुल जी बिल्कुल तियां लावांगे परमात्मा तंदुरुस्तियां बख्शे मेनू बहुत शौक सी पहला बहुत थियां मैं आख दिंदी गुस्सा मिटिया रहिंदा कोई लड़ाई नहीं करे कोई कले सी है ना इन लाउणा चाहिए तियां तीज तियां बड़े दिना तों फेर तियां तीज तियां बड़े दिना तों फेर तियां तीज तियां की नाम है अपना कमलजीत कौर कमल ना ता अज ए त्रिंजना ने ना ए विरसा है ए विरसा अलोप हो चुकिया है लेकिन इस दी अज याद है ओ ताजा होई आ मे बी तुसी फुलकारी कढ़ रहे हो बाग कढ़ रहे हो मतलब कढ़न दी फीलिंग आ किवें लग रहा बहुत वधिया लग रहा जी मैं पहला तां थैंक्स करांगी जिस करन वीरे दा जिन्हें अलोप हुंदे विरसे नूं मतलब कि साडे विच जागृत कीता ते बहुत वधिया लग रहा है मतलब कि साडे मम्मी होनी पिछे एक काम करदे रहे सी असी नहीं वेख्या सी हैना अज इन्हां दे बोल दे थ्रू असी सुनया है बहुत वधिया लग वधिया लग रहा हां जी मतलब पहला वाला जेड़ा विरसा सी अपना सभ्याचार सी ओह बहुत ही वधिया सी अज दे युग नु हां जी हां जी बदलाव अजोकी रौनक देख के दिल सुकून मिल रहा ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਨਾਮ ਹੈ ਆਪਣਾ ਰਾਜਪਾਲ ਰਾਜਪਾਲ ਕਦੇ ਅਸਲੀਅਤ ਦੇ ਵਿੱਚ ਚਰਖਾ ਕੱਤੇ ਨਹੀਂ ਪਹਿਲੀ ਵਾਰ ਬੈਠੇ ਹੋ ਕਿਵੇਂ ਲੱਗ ਰਿਹਾ ਬਹੁਤ ਵਧੀਆ ਜਿਵੇਂ ਕਿ ਪਹਿਲਾਂ ਦਾਜ ਤਿਆਰ ਕੀਤਾ ਜਾਂਦਾ ਸੀ ਹਨਾ ਆਰੀਆਂ ਚਰਖੇ ਸਭ ਹੁੰਦਾ ਸੀ ਅੱਜ ਵਿਰਸਾ ਅਲੋਪ ਹੋ ਗਿਆ ਲੱਗਦਾ ਹੈ ਵਿਰਸਾ ਦੁਬਾਰਾ ਆਉਣਾ ਚਾਹੀਦਾ ਹਾਂਜੀ ਜ਼ਰੂਰ ਆਉਣਾ ਚਾਹੀਦਾ ਸਪੋਰਟ ਕਰੋਗੇ ਹਾਂਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਅਵਿਨੇਸ਼ ਕਿਵੇਂ ਲੱਗ ਰਿਹਾ ਅੱਜ बहुत वधिया लग रहा है
ਮੇਰਾ ਨਾਮ ਬਲਜਿੰਦਰ ਕੌਰ ਇਹ ਤੁਸੀਂ ਹੁਣ ਕੁਝ ਟਾਈਮ ਪਹਿਲਾਂ ਗਾ ਰਹੇ ਸੀ ਉਹ ਕੀ ਕਹਿੰਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਯੂਟਿਊਬ ਜ਼ਰੀਏ ਸਾਰੇ ਲੋਕਾਂ ਤੱਕ ਇਹ ਚੀਜ਼ ਪਹੁੰਚਾ ਰਹੇ ਹੋ ਬਾਕੀ ਜਿਹੜਾ ਸੌਣ ਦਾ ਮਹੀਨਾ ਇਹਦੇ ਵਿੱਚ ਮਾਝੇ ਦੇ ਵਿੱਚ ਇਹਨੂੰ ਤੀਆਂ ਦਾ ਸੰਧਾਰਾ ਕਿਹਾ ਜਾਂਦਾ ਹੈ ਮਾਲਵੇ ਦੇ ਵਿੱਚ ਮਾਝੇ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਸੌਣ ਦੇ ਕੇ ਆਉਣਾ ਹਾਂਜੀ ਸੌਣ ਦਾ ਜਿਹੜਾ ਮੇਨ ਮਹੱਤਵ ਹੈ ਉਹ ਆਪਣੀ ਕੁਦਰਤ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਰਿਸ਼ਤਿਆਂ ਦੇ ਨਾਲ ਔਰ ਆਪਣੇ ਪਸ਼ੂ ਪਕਸ਼ੀਆਂ ਦੇ ਨਾਲ ਹਾਂਜੀ ਠੀਕ ਹੈ ਔਰ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਵਿਰਾਸਤ ਮੈਂ ਆਪਣੀ ਉਮਰ ਦੇ ਵਿੱਚ ਮੇਰੀ ਸਭ ਤੋਂ ਜ਼ਿਆਦਾ ਸ਼ੌਂਕ ਹੈ ਬਜ਼ੁਰਗ ਬੀਬੀਆਂ ਦੇ ਕੋਲ ਬਹਿਣਾ ਉਹਨਾਂ ਦੇ ਕੋਲੋਂ ਪੁਰਾਣੇ ਗੀਤ ਸਿੱਖਣੇ ਤੇ ਮੈਂ ਜਨਮ ਤੋਂ ਹੀ ਗਾਉਂਦੀ ਆਈ ਹਾਂ ਅੱਛਾ ਮੈਨੂੰ ਬਹੁਤ ਸ਼ੌਂਕ ਹੈ ਗਾਉਣ ਦਾ ਔਰ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਇਸ ਚੀਜ਼ ਨੂੰ ਸਿੱਖ ਲੈ ਕੇ ਮੈਂ ਆਪਣੇ ਪਿੰਡ ਦੇ ਵਿੱਚ ਤੀਆਂ ਸ਼ੁਰੂ ਕੀਤੀਆਂ 3 ਸਾਲ ਹੋ ਗਏ ਅਸੀਂ ਆਪਣੇ ਪਿੰਡ ਦੇ ਵਿੱਚ ਤੀਆਂ ਕਰਦੇ ਹਾਂ ਹਾਂਜੀ ਤੇ ਮੈਂ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਗਾਣੇ ਹੈ ਉਹ ਸਿੱਖਦੀ ਹੈ ਗਾਉਣੀ ਹੈ ਜਿਹੜੇ ਮੇਰੇ ਥੋੜੇ ਜਿਹੇ ਅਧੂਰੇ ਹੈ ਉਹਨਾਂ ਨੂੰ ਵੀ ਮੈਂ ਪੂਰੇ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤੇ ਮੈਂ ਚਰਖੇ ਤੇ ਫੁਲਕਾਰੀ ਤੇ ਗਾਇਆ ਹੁਣ ਮੈਂ ਜਿਵੇਂ ਇਹਨਾਂ ਨੇ ਘੜਾ ਰੱਖਿਆ ਮੈਂ ਘੜੇ ਤੇ ਜਿਵੇਂ ਖੂਹ ਤੇ ਉਹਦੇ ਤੇ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਂਗੀ ਹਾਂਜੀ ਜ਼ਰੂਰ ਜੀ ਕਿੱਥੇ ਤੇ ਤੇਰੇ ਹਲਟ ਗਾਣੇਂਦੇ ਵੇ ਕੀ ਮੈਂ ਕਿੱਥੇ ਵਗਦੀ ਸੀ ਰਾਵੀ ਦਿਲਾਂ ਦੇ ਆ ਬੇਜਾਨੀਆ ਰਲ ਮੇਲ ਸਖੀਆਂ ਪਾਣੀ ਨੂੰ ਚਲੀਆਂ ਵੇ ਕੀ ਮੈਂ ਉਥੇ ਬਣੇਗੀ ਕੁੰਜਾਂ ਦੀ ਡਰ ਦਿਲਾਂ ਦੇ ਮੇਰੇ ਗੀਤ ਥੋੜੇ ਲੰਬੇ ਹੋਣ ਜਿਵੇਂ ਤੁਸੀਂ ਉੱਥੇ ਸਵਾਲ ਕਰਦੇ ਪਏ ਸੀ ਪਿਛੋਕੜ ਵੇਖੋ ਜੀ ਅਸੀਂ ਵਿਰਸੇ ਦੇ ਮਾਲਕ ਆ ਅਸੀਂ ਇਹਨੂੰ ਖਤਮ ਨਹੀਂ ਹੋਣ ਦਿਆਂਗੇ ਤੇ ਜਿੰਨਾ ਵਿਰਸਾ ਪਹਿਲਾਂ ਸੀ ਉਹਨਾਂ ਬੇਸ਼ੱਕ ਸਾਡੇ ਕੋਲੋਂ ਨਹੀਂ ਸੰਭਾਲਿਆ ਗਿਆ ਪਰ ਹੁਣ ਜਿਹੜਾ ਇਸ ਟਾਈਮ ਤੇ ਕੋਈ ਨਹੀਂ ਕਹਿ ਸਕਦਾ ਵੀ ਆਪਾਂ ਆਪਣੇ ਪੁਰਾਣੇ ਵਿਰਸੇ ਨੂੰ ਨਹੀਂ ਜਾਣਦੇ ਉਹਦੇ ਤੇ ਸੰਘ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਹਾਂਜੀ ਕਿਵੇਂ ਲੱਗੀ